ਇਹ ਜਿਹੜਾ ਤੁਸੀਂ ਗਾਣਾ ਛੋਇਆ ਨਾ, ਇਹ ਬਹੁਤ ਮੇਰੇ ਨਾਲ ਕਨੈਕਟਡ ਹੈ, ਕਿਉਂਕਿ ਮਾਂ ਨੂੰ ਹਰੇਕ ਬੱਚਾ ਪਿਆਰ ਕਰਦਾ, ਪਰ ਮੇਰੀ ਮਾਂ ਦੇ ਨਾਲ ਮੇਰਾ ਬਹੁਤ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਚ ਰੱਖੇ। ਐਕਚੁਲੀ ਇੱਥੇ ਜੋ ਇਮੋਸ਼ਨਸ ਨੇ, ਭਾਵੇਂ ਉਹ ਪ੍ਰੀਤ ਹਰਪਾਲ ਜੀ ਦੇ ਹੋਣ ਜਾਂ ਫਿਰ ਉਹ ਸਹਿਜ ਦੇ ਹੋਣ, ਇਹ ਬਹੁਤ ਅੰਡਰਸਟੈਂਡੇਬਲ ਨੇ, ਕਿਉਂਕਿ ਮਾਂ ਦਾ ਜਦ ਵੀ ਜ਼ਿਕਰ ਹੁੰਦਾ ਹੈ ਆਟੋਮੈਟਿਕਲੀ ਬਹੁਤ ਸਾਰੇ ਇਮੋਸ਼ਨਸ ਜਿਹੜੇ ਨੇ ਉਹ ਸਾਡੇ ਅੰਦਰ ਉਮੜ ਕੇ ਆਉਂਦੇ ਨੇ। ਸੋ ਸਹਿਜ, ਤੁਹਾਡੀ ਪਰਫੋਰਮੈਂਸ 'ਤੇ ਜੱਜਸ ਖੁਸ਼ ਸੀਗੇ, ਸੋ ਤੁਸੀਂ ਖੁਸ਼ ਹੋ ਕੇ ਜਾਓ ਇੱਥੋਂ ਪਹਿਲਾਂ, ਠੀਕ ਹੈ? ਓਕੇ, ਥੈਂਕ ਯੂ ਜੱਜਸ, ਐਂਡ ਆਲ ਦ ਬੈਸਟ ਸਹਿਜ।